ਤੁਸੀਂ ਦੇਖ ਰਹੇ ਹੋ ਦੈਨੀਸਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਬਿਨਾਂ ਬੈਂਡ ਚੱਲ ਇੰਗਲੈਂਡ ਫਿਲਮ ਆ ਰਹੀ ਹੈ 17 ਨਵੰਬਰ ਨੂੰ, ਅਤੇ ਇੱਕ ਲੰਬੇ ਸਮੇਂ ਤੋਂ ਬਾਅਦ ਲਾਵਾਂ ਫੇਰ ਤੋਂ ਬਾਅਦ ਇੱਕ ਕੋਮੇਡੀ ਫਿਲਮ ਸੀ ਜਿਹਨੇ ਲੋਕਾਂ ਦੇ ਢਿੱਡਾਂ ਵਿੱਚ ਹਾਸਕ ਪੀੜਾਂ ਪਾਤੀ ਸੀ। ਤੋਂ ਮੇਰੇ ਨਾਲ ਮੌਜੂਦ ਹੈ ਉਹਨਾਂ ਦੇ ਫਿਲਮ ਦੇ ਐਕਟਰ ਰੋਸ਼ਨ ਪ੍ਰਿੰਸ ਜੀ। ਬਿਨਾਂ ਬੈਂਡ ਚੱਲ ਇੰਗਲੈਂਡ ਮਤਲਬ ਕੀ ਫਿਲਮ ਦਾ? ਇੰਗਲੈਂਡ ਜਾਣਾ, ਰਿਸ਼ਤੇਦਾਰਾਂ ਨੂੰ ਵੀ ਲੈ ਕੇ ਜਾਣਾ, ਵਿਆਹ ਵੀ ਕਰਾਉਣਾ। ਕਿਵੇਂ ਜਾਣਾ, ਉਹ ਬੈਂਡ ਨਾਲ ਜਾਣਾ ਜਾਂ ਬਿਨਾਂ ਬੈਂਡ ਨਾਲ ਜਾਣਾ? ਤੁਸੀਂ ਕਿੱਦਾਂ ਜਾਣਾ? ਅਸੀਂ ਬਿਨਾਂ ਬੈਂਡ ਤੋਂ ਹੀ ਪਹੁੰਚ ਗਏ। ਪਹੁੰਚ ਗਏ, ਵਿਆਹ ਵੀ ਹੋ ਗਿਆ। ਵਿਆਹ ਵੀ ਹੋ ਗਿਆ ਅਤੇ ਵਿੱਚ ਫਿਰ ਸਿਆਪੇ ਵੀ ਕਹਿੰਦੇ ਸੁਣੇ ਬੜੇ ਬੜੇ ਭਾਅ ਜੀ, ਬਹੁਤ। ਦੈਨਿਕ ਸਵੇਰਾ ਵਾਲੇ ਤਾਂ ਜਾਣਦੇ ਆ ਕਿ ਕਿੰਨੇ, ਜਦੋਂ ਸਵੇਰਾ ਹੁੰਦਾ ਉਦੋਂ ਹੀ ਖਬਰ ਆ ਜਾਂਦੀ ਹੈ ਵੀ ਰੋਸ਼ਨ ਪ੍ਰਿੰਸ ਦੇ ਵਿਆਹ 'ਚ ਪਿਆ ਪੰਗਾ। ਇਹ ਹਰੇਕ ਫਿਲਮ 'ਚ ਹੀ ਪੈਂਦਾ ਭਾਅ ਜੀ। ਮੈਂ ਉਹੀ ਲਾਵਾਂ ਫੇਰੇ 'ਚ ਬੜਾ ਐਦੀ ਪਿਆ, ਉਹ ਜੀਜੇ ਨੇ ਬੜਾ ਪਰੇਸ਼ਾਨ ਕੀਤਾ ਸੀ, ਕੀ ਗੱਲ ਕੀ ਹੈ? ਪਤਾ ਨਹੀਂ, ਮੇਰੀ ਕਿਸਮਤ ਦੇ ਵਿੱਚ ਵਿਆਹ ਹੀ ਇੱਦਾਂ ਦੇ ਲਿਖੇ ਆ, ਜਿੰਨੀਆਂ ਮੈਨੂੰ ਸਕ੍ਰਿਪਟਾਂ ਮਿਲੀਆਂ ਸਾਰਿਆਂ 'ਚ ਹੀ ਇਹ ਹੋਇਆ। ਜਾਂ ਮੈਂ ਵਿਚਾਰਾ ਜ਼ਿਆਦਾ ਲੱਗਦਾ, ਜਾਂ ਮੈਨੂੰ ਦੇਖ ਕੇ ਫਿਲਮ ਇੱਦਾਂ ਦੀ ਲਿਖਦੇ ਆ। ਤਾਂ ਇਹੋ ਜਿਹੀਆਂ ਜਿੰਨੀਆਂ ਫਿਲਮਾਂ ਹੁੰਦੀਆਂ ਮੈਨੂੰ ਇਹ ਬੜੀਆਂ ਬਹੁਤ ਵਾਰੀ ਔਫਰ ਹੁੰਦੀ। ਜਾਨਕੀ ਨੇ ਪ੍ਰਿੰਸ, ਰੋਸ਼ਨ ਪ੍ਰਿੰਸ, ਇਹ ਖਾਸ ਫਿਲਮਾਂ, ਇੱਦਾਂ ਦੀ ਫਿਲਮਾਂ ਜ਼ਿਆਦਾ ਆਪ ਚੂਜ਼ ਹੀ ਕਰਦੇ ਹੋ? ਨਹੀਂ, ਮੈਂ ਤਾਂ ਐਕਚੁਅਲੀ ਹਰ ਤਰ੍ਹਾਂ ਦਾ ਕੰਮ ਕਰਨਾ ਪਸੰਦ ਕਰਦਾ, ਪਰ ਮੈਨੂੰ ਸਕ੍ਰਿਪਟਸ ਮਿਲਦੀਆਂ ਜ਼ਿਆਦਾ ਇੱਦਾਂ, ਉਹਨਾਂ ਦੇ ਵਿੱਚੋਂ ਹੁਣ ਜਦੋਂ ਚੂਜ਼ ਕਰਨਾ ਤਾਂ ਤੁਹਾਨੂੰ ਕੋਈ ਨਾ ਕੋਈ ਕਰਨੀ ਪਏਗੀ। ਬਟ ਇਹ ਫਿਲਮ ਜਿਹੜੀ ਹੈ ਵੈਸੇ ਮੇਰੇ ਦਿਲ ਦੇ ਬੜੇ ਕਰੀਬ ਹੈ, ਕਿਉਂਕਿ ਇਹ ਜਦੋਂ ਲਿਖੀ ਗਈ ਸੀ ਉਦੋਂ ਦਾ ਮੈਂ ਨਾਲ ਜੁੜਿਆ ਹੋਇਆ ਇਸ ਫਿਲਮ ਦੇ ਨਾਲ, ਔਰ ਬਹੁਤ ਸ਼ਿੱਦਤ ਨਾਲ ਲਿਖੀ ਗਈ ਫਿਲਮ ਹੈ। ਸਤਿੰਦਰ ਦੇਵ ਹੋਰ ਨੇ, ਡਾਇਰੈਕਟਰ ਸਾਡੇ, ਔਰ ਰਾਈਟਰ ਰਾਜੂ ਵਰਮਾ ਜੀ, ਬੜੀ ਮਿਹਨਤ ਕੀਤੀ ਉਹਨੇ। ਕਿਸ ਤਰ੍ਹਾਂ ਦੀ ਕੈਮਿਸਟਰੀ ਤੁਹਾਡੀ ਸਾਰਿਆਂ ਨਾਲ, ਕਿਸ ਕੈਮਿਸਟਰੀ ਕਿਦਾਂ ਆਈ? ਸਾਰੇ ਵਧੀਆ ਐਕਟਰ ਨੇ ਜੀ। ਹੁਣ ਘੁੱਗੀ ਭਾਅ ਜੀ ਤਾਂ ਮੇਰੇ ਗੁਰੂ ਨੇ, ਸੰਘਾ ਸਾਹਿਬ ਮੇਰੇ ਗੁਰ ਭਾਈ ਹੈ, ਬੀ ਐਨ ਸ਼ਰਮਾ ਜੀ ਦੇ ਨਾਲ ਮੈਂ 16-17 ਫਿਲਮਾਂ ਕਰ ਚੁੱਕਿਆ ਪਹਿਲਾਂ, ਅਤੇ ਹੋਰ ਰੂਪੀ ਮੈਡਮ ਹੋ ਗਏ, ਫਿਰ ਸੁਖੀ ਜੀ ਹੋ ਗਏ, ਸਾਰਿਆਂ ਦੇ ਨਾਲ ਹੀ, ਆਲਮੋਸਟ ਸਾਰੀ ਕਾਸਟ ਦੇ ਨਾਲ ਮੈਂ ਪਹਿਲਾਂ ਫਿਲਮਾਂ ਕੀਤੀਆਂ ਹੋਈਆਂ ਨੇ, ਔਰ ਡਾਇਰੈਕਟਰ ਸਾਹਿਬ ਜਿਹੜੇ ਸਤਿੰਦਰ, ਇਹਨਾਂ ਨਾਲ ਵੀ ਕੀਤੀ। ਇਹਨਾਂ ਦੇ ਨਾਲ ਮੇਰਾ ਫਸਟ ਟਾਈਮ ਸੀਗਾ, ਬਟ ਇਹ ਬਹੁਤ ਕਮਾਲ ਦੇ ਇਨਸਾਨ ਨੇ। ਇਹਨਾਂ ਨੇ ਆਪਣੀ ਫਿਲਮ ਦੇ ਉੱਤੇ ਮਿਹਨਤ ਇਹਨਾਂ ਨੇ ਵੀ ਬੜੀ ਕੀਤੀ ਹੈ, ਔਰ ਫਿਲਮ ਨੂੰ ਜਦੋਂ ਤੁਸੀਂ ਘੋਲ ਕੇ ਪੀ ਲੈਂਦੇ ਹੋ ਨਾ, ਉਹਨੂੰ ਜੀਣਾ ਸ਼ੁਰੂ ਕਰ ਦਿੰਦੇ ਹੋ, ਫਿਰ ਉਹ ਚੰਗੀ ਬਣਦੀ ਹੀ ਬਣਦੀ ਆ। ਔਰ ਮੈਨੂੰ ਨਹੀਂ ਸੀ ਪਤਾ ਵੀ ਇਹ ਕੰਫਰਟ ਵੀ ਛੇਤੀ ਮੇਰੇ ਨਾਲ ਫੀਲ ਕਰ ਲੈਣਗੇ, ਅਦਰਵਾਈਜ਼ ਜੇ ਤੁਹਾਡਾ ਆਪਸ ਦੇ ਵਿੱਚ ਹੀ ਕੋਆਰਡੀਨੇਸ਼ਨ ਵਧੀਆ ਨਹੀਂ ਨਾ, ਫਿਰ ਵੀ ਸਕਰੀਨ 'ਤੇ ਦਿਖਣਾ ਸ਼ੁਰੂ ਹੋ ਜਾਂਦਾ। ਬਟ ਇਹ ਸ਼ਾਇਦ ਇਹਨਾਂ ਦੀ ਨੇਚਰ ਇੱਦਾਂ ਦੀ ਸੀ ਵੀ ਅਸੀਂ ਛੇਤੀ ਕੰਪੈਟੀਬਲ ਹੋ। ਤੰਗ ਕਿੰਨੇ ਸਭ ਤੋਂ ਕੀਤਾ ਫਿਲਮ 'ਚ, ਤੰਗ ਤੁਹਾਨੂੰ ਜ਼ਿਆਦਾ ਕਿੰਨੇ ਕੀਤਾ? ਪਹਿਲਾਂ ਇਹਨਾਂ ਨੇ, ਫਿਰ ਇਹਨਾਂ ਦੇ ਫਾਦਰ ਸਾਹਿਬ ਨੇ, ਫਿਰ ਘੁੱਗੀ ਭਾਅ ਜੀ ਉਹਨਾਂ ਨੇ। ਫਾਦਰ ਸਾਹਿਬ ਤੰਗ ਕੀਤਾ? ਇਹਨਾਂ ਦੇ ਫਾਦਰ ਸਾਹਿਬ ਨੇ। ਕਿਉਂ? ਕਾਰਨ ਇਹ ਹੈ ਕਿ ਮੇਰੇ ਫਾਦਰ ਦਾ ਪ੍ਰੈਸ਼ਰ ਇਹ ਹੈ ਕਿ ਮੈਂ ਇੰਨੇ ਲੋਕਾਂ ਦੇ ਵਿਆਹਾਂ 'ਚ ਜਿਹੜਾ ਸ਼ਗਨ ਪਾਇਆ ਹੋਇਆ, ਉਹ ਇਕੱਠਾ ਕਰਨ ਦਾ ਟਾਈਮ ਹੁਣ ਹੈ। ਤੂੰ ਕਹਿ ਰਿਹਾ ਲੰਡਨ 'ਚ ਵਿਆਹ ਕਰਾਉਣਾ ਹੈ, ਤਾਂ ਇੰਨੇ ਬੰਦਿਆਂ ਨੂੰ ਮੈਂ ਬਰਾਤੀ ਕਿੱਥੋਂ ਲੈ ਕੇ ਜਾਵਾਂ? ਇਹਨਾਂ ਦੇ ਘਰ ਦੇ ਕਹਿ ਰਹੇ ਮੇਨ ਮੇਨ ਬੰਦੇ ਲੈ ਕੇ ਆਓ, ਉਹ ਕਹਿੰਦੇ ਸਾਡੇ ਮੇਨ ਮੇਨ ਹੀ 300-400 ਹੈ, ਉਹ ਕਹਿੰਦੇ ਲੰਡਨ ਜਾਣਾ, ਲੰਡਨ ਨਹੀਂ ਜਾਣਾ, ਹੈ ਨਾ ਵੀ ਸਾਡਾ ਤਾਂ ਮੇਨ 8 'ਤੇ ਜਾ ਕੇ ਖਤਮ ਹੋ ਜਾਂਦਾ। ਹੁਣ ਇੱਥੇ ਘਰ ਦੇ ਵਿੱਚ ਜਿਹੜੇ ਘਰ ਘਰ ਦੇ ਮੇਨ, ਉਹੀ 17-18 ਜਣੇ ਨੇ। ਹੁਣ ਫਿਰ ਪਰਚੀਆਂ ਪਾਈਆਂ ਜਾਂਦੀਆਂ ਵੀ ਜਿਹਦੀ ਪਰਚੀ ਨਿਕਲੇਗੀ ਉਹ ਜਾਊਗਾ। ਪਰਚੀ ਕਿਹਦੀ ਨਿਕਲਦੀ? ਫਿਰ ਪਰਚੀ ਦੇ ਵਿੱਚ ਮਦਰ ਫਾਦਰ, ਭੈਣ, ਭੂਆ, ਫੁੱਫੜ, ਜੀਜਾ, ਮਾਮਾ ਅਤੇ ਇੱਕ ਹੋਰ, ਉਹ ਉਹ ਹੈਗੀ ਮੈਂ ਰਿਸ਼ਤੇਦਾਰੀ ਭੁੱਲ ਗਈ, ਮਤਲਬ ਐਵੇਂ 8 ਹੋ ਜਾਂਦੇ। ਮਤਲਬ ਸਾਰੇ ਜਿਹੜੇ ਪੁਆੜੇ ਦੇ ਘਰ ਹੁੰਦੇ ਆ ਵਿਆਹ ਦੇ, ਜਿਹੜੇ ਨਾਰਾਜ਼ ਹੁੰਦੇ, ਚਾਚੀ 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 ਜਿਹੜੇ ਨਾਰਾਜ਼ ਹੁੰਦੇ ਆ, ਉਹ ਸਾਰੇ ਤੁਸੀਂ ਨਾਲ ਪਰਚੀ 'ਚ ਬੁਲਾ ਲਏ? ਉਹ ਕੁਦਰਤੀ ਗੱਲ, ਪਰਚੀਆਂ ਨਿਕਲੀਆਂ ਉਹਨਾਂ ਦੀਆਂ ਜਿਹੜੇ ਸਭ ਤੋਂ ਜ਼ਿਆਦਾ ਪੁਆੜੇਬਾਜ਼ ਸੀਗੇ। ਕਿਸ ਤਰ੍ਹਾਂ ਦੇ ਮੈਡਮ ਤੁਹਾਡਾ ਫਿਲਮ, ਤੁਹਾਡੀ ਫਸਟ ਫਿਲਮ ਸੀ? ਜੀ ਜੀ ਜੀ, ਪਹਿਲੀ ਫਿਲਮ ਤੁਹਾਡੀ, ਔਰ ਕਿੱਦਾਂ ਹੀ ਤੁਹਾਨੂੰ ਕੈਮਿਸਟਰੀ ਕਿਤੇ ਤੁਹਾਡੀ ਲੱਗੀ ਪ੍ਰਿੰਸ ਜੀ ਨਾਲ? ਕਿਉਂਕਿ ਕਾਫੀ ਰੋਸ਼ਨ ਜੀ ਹੁਣੇ ਬੋਲਦੇ ਪਏ ਸੀਗੇ ਕਿ ਇਹ ਸ਼ਾਇਦ ਮੇਰਾ ਨੇਚਰ ਹੈ। ਮੈਂ ਪਹਿਲੇ ਵੀ ਇੱਕ ਦੋ ਇੰਟਰਵਿਊ 'ਚ ਦੱਸਿਆ ਮੇਰਾ ਬਿਲਕੁਲ ਆਪੋਜ਼ਿਟ ਨੇਚਰ ਹੈ, ਮੈਂ ਗੱਲ ਨਹੀਂ ਕਰਦੀ ਛੇਤੀ ਕਿਸੇ ਨਾਲ, ਇਹ ਨਹੀਂ ਕਿ ਐਟੀਟਿਊਡ ਜਸਟ ਇੱਦਾਂ, ਮਤਲਬ ਮੈਂ ਜਲਦੀ ਖੁੱਲ੍ਹ ਨਹੀਂ ਪਾਉਂਦੀ, ਗੱਲਾਂ ਨਹੀਂ ਕਰ ਸਕਦੀ ਇੱਦਾਂ। ਬਟ ਰੋਸ਼ਨ ਜੀ ਦਾ ਨੇਚਰ ਬਹੁਤ ਅੱਛਾ ਹੈ, ਔਰ ਉਹਦੇ ਕਰਕੇ ਉਹ ਕੰਫਰਟੇਬਲ ਫੀਲ ਕਰਾ ਦਿੰਦੇ ਨੇ ਸਾਹਮਣੇ ਵਾਲੇ ਨੂੰ, ਔਰ ਦੈਟਸ ਦ ਰੀਜ਼ਨ ਕਿ ਤੁਸੀਂ ਸਕਰੀਨਸ ਦੇ ਉੱਤੇ ਵੀ ਦੇਖੋਗੇ ਕਿ ਅੱਛੀ ਖਾਸੀ ਗੁੱਡ ਕੈਮਿਸਟਰੀ ਨਜ਼ਰ ਆਏਗੀ ਤੁਹਾਨੂੰ, ਆਈ ਹੋਪ ਸੋ। ਸੋ ਹਾਂ, ਤਾਂ ਇਹਦਾ ਜਿਹੜਾ ਕ੍ਰੈਡਿਟ ਹੈ ਉਹ ਰੋਸ਼ਨ ਜੀ ਨੂੰ ਜ਼ਿਆਦਾ ਜਾਂਦਾ ਹੈ। ਰੋਸ਼ਨ ਜੀ ਕਹਿੰਦੇ ਤੁਸੀਂ ਉਹ ਤੁਹਾਡੇ ਫਾਦਰ ਸਾਹਿਬ ਨੇ ਬਹੁਤ ਤੰਗ ਪਰੇਸ਼ਾਨ ਕੀਤਾ, ਦੇਖੋ ਫਾਦਰ ਕਰਦਾ ਆਪਣੀ ਧੀ ਨੂੰ ਪਿਆਰ, ਠੀਕ ਹੈ,
ਉਹਦੇ 'ਚ ਇਹ ਤੰਗ ਹੋ ਰਹੀ ਨਹੀਂ, ਇਹਨਾਂ ਦੀ ਪ੍ਰੋਬਲਮ ਹੈ, ਉਹ ਤਾਂ ਮੈਨੂੰ ਪਿਆਰ ਕਰਦੇ ਨੇ, ਮੋਹ ਪਿਆਰ 'ਚ ਹੋ ਜਾਂਦੇ ਆ ਕਈ ਵਾਰੀ। ਹਰ ਫਾਦਰ ਸੋਚਦਾ ਕਿ ਮੇਰੀ ਬੇਟੀ ਜਿਹੜੇ ਵੀ ਘਰ 'ਚ ਜਾਵੇ ਉਹ ਸੁਖੀ ਰਹੇ ਔਰ ਸਹੀ ਹੋਵੇ, ਜਿੰਨੇ ਲਾਡਾਂ ਚਾਵਾਂ ਦੇ ਨਾਲ ਉਹਨਾਂ ਨੇ ਪਾਲਿਆ ਇਹ, ਇਹਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਹੋਵੇ। ਸੋ ਉਹਨਾਂ ਦਾ ਫਰਜ਼ ਸੀਗਾ ਇਹ ਦੇਖਣਾ ਕਿ ਮੁੰਡਾ ਕਿਹੋ ਜਿਹਾ, ਪਰਿਵਾਰ ਕਿਹੋ ਜਿਹਾ। ਹੁਣ ਇੱਧਰ ਪਰਿਵਾਰ ਹੀ ਸਾਰਾ ਝੂਠਾ ਤਾਂ ਕੀ ਕਰੇ, ਹੈ ਫਾਦਰ ਤਾਂ ਦੁਖੀ ਹੋਣਾ ਹੀ ਹੈ। ਕਿਸ ਤਰ੍ਹਾਂ ਕਹਿੰਦੇ ਪਰਿਵਾਰ ਸਾਰਾ ਝੂਠਾ ਤਾਂ ਕੀ ਕਰਨਾ, ਤੁਹਾਨੂੰ ਕਿਸ ਤਰ੍ਹਾਂ ਲੱਗਾ ਜੇ ਸਾਰਾ ਪਰਿਵਾਰ ਇਹਨਾਂ ਦਾ? ਇਹਨਾਂ ਦਾ ਪਰਿਵਾਰ ਮੈਨੂੰ ਤਾਂ ਦੇਖੋ, ਅਸੀਂ ਦੇਖੋ ਇਹਨਾਂ ਦਾ ਤਾਂ ਹੁਣ ਉਹੀ ਹੋ ਗਿਆ ਪਰਿਵਾਰ, ਇਹ ਤਾਂ ਹੁਣ ਕੁਛ ਕਹਿ ਨਹੀਂ ਸਕਦੇ, ਹੁਣ ਕੁਛ ਕਹਿ ਨਹੀਂ ਸਕਦੇ। ਪਰ ਬਹੁਤ ਰੰਗੀਨ ਪਰਿਵਾਰ ਹੈ ਜਿਹੜੇ ਇਹਨਾਂ ਦੇ ਪਰਿਵਾਰ ਦੇ ਲੋਕ ਨੇ, ਜਿਹੜੇ ਇਹਨਾਂ ਦੀ ਚਾਚੀ ਹੈ, ਭੂਆ ਨੇ, ਸਾਰੇ ਰੰਗੀਨ ਲੋਕ ਨੇ। ਔਰ ਜਿਹੜੇ ਉੱਥੇ ਲੰਡਨ 'ਚ ਅਸੀਂ ਰਹਿੰਦੇ ਤਾਂ ਪ੍ਰਿਮ ਪ੍ਰੋਪਰ ਟਿਪ ਟੋਪ ਹਾਈ ਫਾਈ ਉੱਦਾਂ ਦੇ ਨਹੀਂ, ਉਹ ਕਰਦੇ ਰੀਅਲ ਗੱਲਾਂ, ਨੈਚੁਰਲ ਗੱਲਾਂ। ਵੀ ਇਹਨਾਂ ਦੇ ਘਰ 'ਤੇ ਇੰਨੀਆਂ ਚਿਮਣੀਆਂ ਬੜੀਆਂ ਘਰੇ ਗੁੜਗੜ ਕਰਦੇ ਹੋਣੇ ਆ, ਇਹਨਾਂ ਨੈਚੁਰਲ ਜਿਹੀਆਂ ਗੱਲਾਂ, ਪੇਂਡੂ ਆਪਣੇ ਠੇਠ ਗੱਲਾਂ। ਹਾਂ, ਅਤੇ ਇਹ ਰੰਗੀਨ ਲੋਕ ਨੇ, ਅਸੀਂ ਤੁਹਾਡੇ ਇੱਦਾਂ ਹਾਈ ਫਾਈ ਮੇਨਟੇਨੈਂਸ ਵਾਲੇ ਲੋਕ ਨੇ। ਪਰ ਜਦੋਂ ਇਹ ਦੋ ਪਰਿਵਾਰ ਮਿਲਦੇ ਨੇ ਉਦੋਂ ਕੀ ਹੁੰਦਾ ਇਹ ਤੁਸੀਂ ਫਿਲਮ 'ਚ ਦੇਖੋਗੇ। ਦੋਵਾਂ ਪਰਿਵਾਰ ਦੇ, ਇਹਨਾਂ ਪਰਿਵਾਰ ਦੇ ਵਿੱਚ, ਰੋਸ਼ਨ ਜੀ ਦੇ ਪਰਿਵਾਰ ਵਿੱਚ ਸਭ ਤੋਂ ਵਧੀਆ ਕਰੈਕਟਰ ਤੁਹਾਨੂੰ ਕਿਹੜਾ ਵਧੀਆ ਲੱਗਿਆ ਸੀ? ਉਸ ਫਿਲਮ ਦੇ ਵਿੱਚ ਤੁਹਾਡੇ ਕਾਫੀ ਘੁਲ ਮਿਲ ਗਿਆ। ਅੱਛਾ, ਐਜ਼ ਅ ਐਕਟਰ ਕਹਿ ਰਹੇ ਹੋ, ਐਜ਼ ਐਨ ਐਕਟਰ। ਅੱਛਾ, ਘੁਲ ਮਿਲ। ਰਾਜ ਮੈਮ, ਮੈਂ ਪਹਿਲੀ ਵਾਰੀ ਉਹਨਾਂ ਦੇ ਨਾਲ ਕੰਮ ਕੀਤਾ ਹੈ, ਔਰ ਮੈਂ ਆਈ ਥਿੰਕ ਇੱਕ ਵੈਬ ਸੀਰੀਜ਼ ਹੈ ਘੁੱਗੀ ਸਰ ਹੈਗੇ ਉਹਦੇ 'ਚ, ਉਸ ਵੈਬ ਸਮੀਪ ਕੰਗ ਸਰ ਉਸਨੂੰ ਡਾਇਰੈਕਟ ਕਰ ਰਹੇ, ਉਹਦਾ ਨਾਮ ਹੈ ਮਾਸਟਰ ਸਕੀਮ ਸਿੰਘ। ਉਹਦੇ 'ਚ ਰਾਜ ਮੈਮ ਮੇਰੀ ਮੰਮਾ ਬਣੇ ਨੇ, ਘੁੱਗੀ ਸਰ ਮੇਰੇ ਪਾਪਾ ਬਣੇ ਨੇ। ਉਹ ਵੈਬ ਸੀਰੀਜ਼ ਹਾਲੇ ਆਈ ਥਿੰਕ ਸ਼ੂਟ ਹੋ ਰਹੀ ਹੈ, ਅਤੇ ਉਹਦੇ 'ਚ ਥੋੜ੍ਹਾ ਜਿਹਾ ਇੱਕ ਦੋ ਸੀਨ ਹਾਲੇ ਮੈਂ ਰਾਜ ਮੈਮ ਨੇ ਸ਼ੂਟ ਕੀਤੇ ਸੀ, ਪਰ ਉਹਦੇ ਵਿੱਚ ਹੀ ਆਹ ਵਾਲੀ ਫਿਲਮ ਫੁੱਲ ਫਲੈਜ ਸ਼ੂਟ ਕਰ ਲਈ। ਸੋ ਰਾਜ ਮੈਮ ਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ, ਬਹੁਤ ਵਧੀਆ ਇਨਸਾਨ ਨੇ, ਔਰ ਵਧੀਆ ਵਧੀਆ ਰਿਹਾ। ਫਿਲਮ ਦਾ ਮੈਸੇਜ ਕੀ ਹੈ ਆਮ ਜਨਤਾ ਵਾਸਤੇ, ਆਮ ਉਸ ਨੌਜਵਾਨ ਵਾਸਤੇ? ਦੇਖੋ, ਬੇਸਿਕਲੀ ਤਾਂ ਹੈ ਐਂਟਰਟੇਨਮੈਂਟ। ਜਦੋਂ ਥੀਏਟਰ 'ਚ ਜਾਓਗੇ ਤੁਸੀਂ ਆਪਣੀਆਂ ਪ੍ਰੋਬਲਮਸ ਨੂੰ ਭੁੱਲੋਗੇ, ਪਹਿਲੀ ਗੱਲ ਤਾਂ ਇਹ। ਇੱਕ ਇਹ ਸਾਰੀ ਕਾਮੇਡੀ ਦੇ ਵਿੱਚ ਇੱਕ ਛੋਟਾ ਜਿਹਾ ਮੈਸੇਜ ਇੰਨਾ ਕੁ ਜ਼ਰੂਰ ਹੈ ਕਿ ਆਪਣੇ ਇਸ਼ਕ ਦੇ ਚੱਕਰ 'ਚ, ਪਿਆਰ ਦੇ ਚੱਕਰ 'ਚ ਮਾਂ ਬਾਪ ਨੂੰ ਇੰਨਾ ਬੇਵਕੂਫ ਵੀ ਨਹੀਂ ਬਣਾਈਦਾ। ਹੈ ਤਾਂ ਆਖਰ ਤੁਹਾਡੇ ਮਾਂ ਪਿਓ ਨਾ, ਔਰ ਪਤਾ ਉਹਨਾਂ ਨੂੰ ਵੀ ਸਭ ਕੁਛ ਹੀ ਹੁੰਦਾ, ਬਟ ਉਹ ਕਈ ਵਾਰੀ ਤੁਹਾਡੀ ਜ਼ਿੱਦ ਦੇ ਅੱਗੇ ਫਿਰ ਬੋਲਦੇ ਨੇ। ਤਾਂ ਇਹਦੇ ਵਿੱਚ ਵੀ ਇਹੀ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਜੇ ਕਿਤੇ, ਇਹਦਾ ਚਲੋ ਕਹਾਣੀ ਬਣਾਉਣੀ ਸੀ, ਅਦਰਵਾਈਜ਼ ਜੇ ਇੱਦਾਂ ਦੀ ਰੀਅਲ 'ਚ ਸਿਚੁਏਸ਼ਨ ਹੋਵੇ ਤਾਂ ਜੇ ਕੁਛ ਇੱਦਾਂ ਦਾ ਹੋਵੇ ਤਾਂ ਪੇਰੈਂਟਸ ਨਾਲ ਖੁੱਲ੍ਹ ਕੇ ਗੱਲ ਕਰ ਲੈਣੀ ਚਾਹੀਦੀ, ਦੱਸ ਦੇਣੀ ਚਾਹੀਦੀ, ਬਜਾਏ ਕਿ ਅੱਗੇ ਜਾ ਕੇ ਰਿਸ਼ਤੇ ਖਰਾਬ ਹੋਣ। ਸੱਚਾਈ ਨਾਲ ਤੋਰਿਆ ਹੋਇਆ ਰਿਸ਼ਤਾ ਹਮੇਸ਼ਾ ਵਧੀਆ ਰਹੂਗਾ। 17 ਨਵੰਬਰ ਨੂੰ ਪਬਲਿਕ ਤਿਆਰ ਰਹੇ ਫਿਲਮ ਦੇਖਣ? ਬਿਲਕੁਲ ਤਿਆਰ ਬਰ ਤਿਆਰ ਰਹੋ ਜੀ, ਦਿਵਾਲੀ ਤੋਂ ਅਗਲੇ ਵੀਕਐਂਡ ਤੁਸੀਂ ਜ਼ਰੂਰ ਜਾ ਕੇ ਦੇਖਣੀ ਹੈ ਬਿਨਾਂ ਬੈਂਡ ਚੈਲਿੰਗ ਲੈਂਡ। ਔਰ ਇਹ ਫਿਲਮ ਤੁਸੀਂ ਸਪੈਸ਼ਲੀ ਜਦੋਂ ਆਪਣੀ ਫੈਮਿਲੀਜ਼ ਦੇ ਨਾਲ ਜਾ ਕੇ ਦੇਖੋਗੇ ਤਾਂ ਜ਼ਿਆਦਾ ਨਜ਼ਾਰਾ ਆਉਣਾ, ਕਿਉਂਕਿ ਸਾਡੀ ਫੈਮਿਲੀਜ਼ ਦੇ ਵਿੱਚ ਇਹੋ ਜਿਹੇ ਕਰੈਕਟਰਸ ਹੁੰਦੇ ਹੀ ਹੁੰਦੇ ਨੇ, ਅਤੇ ਉਹਨਾਂ ਨੂੰ ਨਾਲ ਲੈ ਕੇ ਜਾਇਓ, ਜਿਹੜੇ ਤੁਹਾਡੀ ਫੈਮਿਲੀ 'ਚ ਥੋੜ੍ਹੀ ਬਹੁਤ ਇੱਦਾਂ ਨੋਕ ਝੋਕ ਚੱਲਦੀ ਰਹਿੰਦੀ ਨਾ ਜਿਨ੍ਹਾਂ ਦੇ ਨਾਲ, ਉਹਨਾਂ ਨੂੰ ਜ਼ਰੂਰ ਲੈ ਕੇ ਜਾਇਓ, ਹੋਰ ਵੀ ਜ਼ਿਆਦਾ ਇੰਜੋਏ ਕਰੋਗੇ। 17 ਤਰੀਕ ਨੂੰ ਆ ਰਹੀ ਹੈ ਸਾਡੀ ਫਿਲਮ ਬਿਨਾਂ ਬੈਂਡ ਚੱਲ। ਸੋ ਇਹ ਸਨ ਰੋਸ਼ਨ ਪ੍ਰਿੰਸ ਜੀ ਔਰ ਸਾਇਰਾ ਜੀ, ਫਿਲਮ ਦੇ ਮੇਨ ਲੀਡ ਰੋਲ ਐਕਟਰ, ਔਰ ਤੁਹਾਨੂੰ ਦੱਸਦੇ ਆਪਣੇ ਬਾਕੀ ਪਰਿਵਾਰ ਅਤੇ ਉਹਨਾਂ ਨਾਲ ਮਿਲਾਉਂਦੇ ਹਾਂ। ਅਤੇ 17 ਨਵੰਬਰ ਨੂੰ ਪੰਜਾਬ ਦੇ ਵਰਲਡ ਵਾਈਡ ਸਿਨੇਮਾ ਦੇ ਘਰਾਂ ਵਿੱਚ ਫਿਲਮ ਲੱਗਦੀ ਹੈ ਬਿਨਾਂ ਬੈਂਡ ਚੈਲਿੰਗ ਲੈਂਡ। ਸੋ ਫਿਲਮ ਨੂੰ ਜ਼ਰੂਰ ਦੇਖੀਓ, ਉਹਦੇ ਇੱਕ ਬਹੁਤ ਵੱਡਾ ਤੁਹਾਨੂੰ ਮੈਸੇਜ ਮਿਲੇਗਾ। ਆਓ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਦੂਸਰੇ ਮੈਂਬਰਾਂ ਨਾਲ। ਸੋ ਮੌਜੂਦ ਆ ਮੇਰੇ ਨਾਲ ਫਿਲਮ ਦੇ ਡਾਇਰੈਕਟਰ ਵੀ, ਔਰ ਇਹ ਉਸ ਪਰਿਵਾਰ ਦੇ ਜਿਹੜੀ ਫੈਮਿਲੀ ਮੈਂਬਰ ਜਿਹੜੇ ਬਿਨਾਂ ਬੈਂਡ ਚੈਲ ਇੰਗਲੈਂਡ, ਇਹ ਉਹ ਟੀਮ ਸਾਰੀ ਮੇਰੇ ਨਾਲ ਬੈਠੀ ਗੱਲਬਾਤ ਕਰਦੇ ਪਏ। ਸਰ, ਕਿਸ ਤਰ੍ਹਾਂ ਫਿਲਮ ਬਿਨਾਂ ਬੈਂਡ ਚੈਲ ਇੰਗਲੈਂਡ, ਇਹ ਮੋਟਿਵ ਕੀ ਸੀ ਫਿਲਮ ਦਾ? ਸਭ ਤੋਂ ਪਹਿਲਾਂ ਜੀ, ਦੈਨਿਕ ਸਵੇਰਾ ਦੇਖ ਰਹੇ ਜਿਹੜੇ ਲੁਧਿਆਣਾ ਦੇ ਦਰਸ਼ਕ ਨੇ, ਮੇਰੇ ਵੱਲੋਂ ਅਤੇ ਸਾਡੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੋਟਿਵ ਇਹੀ ਸੀਗਾ ਜੀ, ਪ੍ਰੋਡਿਊਸਰ ਨਾਲ ਜਦੋਂ ਗੱਲ ਹੋਈ ਕਿ ਆਪਾਂ ਫਿਲਮ ਬਣਾਉਣੀ ਹੈ, ਕਿ ਰੋਮ ਕੌਮ ਫਿਲਮ ਬਣਾਉਣੀ ਆ, ਅਤੇ ਉਹਦੇ ਲਈ ਫਿਰ ਸਟੋਰੀਜ਼ ਲੱਭਣੀਆਂ ਸ਼ੁਰੂ ਕੀਤੀਆਂ, 3-4-5 ਸਟੋਰੀਜ਼ ਦੇਖੀਆਂ, ਅਤੇ ਉਹਦੇ ਵਿੱਚੋਂ ਫਿਰ ਇੱਕ ਇਹ ਸਟੋਰੀ ਸਾਨੂੰ ਪਸੰਦ ਆਈ ਜੀ, ਬਿਨਾਂ ਬੈਂਡ ਚੈਲ ਇੰਗਲੈਂਡ। ਅਤੇ ਸਾਨੂੰ ਲੱਗਿਆ ਕਿ ਜਿੱਦਾਂ ਇਹ ਸਟੋਰੀ ਸਾਨੂੰ ਚਾਹੀਦੀ ਆ, ਜੋ ਪ੍ਰੋਡਿਊਸਰਸ ਨੂੰ ਚਾਹੀਦੀ ਆ, ਅਤੇ ਉੱਦਾਂ ਦੀ ਸਟੋਰੀ ਆ, ਰੋਮ ਕੌਮ ਵਿੱਚ ਮਤਲਬ ਕਹਿ ਲਓ ਰੋਮਾਂਸ ਵੀ ਆ, ਪਰਿਵਾਰਿਕ ਜਿਹੜੇ ਰਿਸ਼ਤੇ ਨੇ ਉਹਨਾਂ ਬਾਰੇ ਗੱਲ ਵੀ ਹੈ, ਵਿੱਚ ਕਾਮੇਡੀ ਵੀ ਆ, ਇੱਕ ਬੈਲੈਂਸਡ ਕਹਿ ਲਓ ਵੀ ਸਕ੍ਰਿਪਟ ਆ ਜਿਹੜੀ ਰਾਜੂ ਵਰਮਾ ਜੀ ਨੇ ਲਿਖੀ ਆ। ਅਤੇ ਫਿਰ ਅਸੀਂ ਸੋਚਿਆ ਕਿ ਇਹਨੂੰ ਫਿਲਮ ਬਣਾਉਂਦੇ ਹਾਂ, ਅਤੇ ਕਹਾਣੀ ਸ਼ੁਰੂ ਹੋ ਗਈ ਜੀ। ਬਸ ਸਾਰਾ ਕੰਮ ਇੱਕ ਮੁਕੰਮਲ ਹੋਇਆ, ਇਹ ਤਕਰੀਬਨ 30 ਦਿਨ 'ਚ ਹੋਇਆ ਜੀ। 5 ਦਿਨ ਦੀ ਸ਼ੂਟਿੰਗ ਅਸੀਂ ਪੰਜਾਬ 'ਚ ਕੀਤੀ ਸੀ, ਫਿਰ 25 ਦਿਨ ਦੀ ਇੰਗਲੈਂਡ 'ਚ, ਦੈਨ ਫਿਰ ਸਾਡਾ ਜਿਹੜਾ ਪ੍ਰਮੋਸ਼ਨਲ ਸੌਂਗ ਆ ਇੱਕ, ਉਹ ਇੰਗਲੈਂਡ ਤੋਂ ਵਾਪਸ ਆ ਕੇ ਫਿਰ ਕੀਤਾ, ਅਤੇ ਤਕਰੀਬਨ 30 ਦਿਨ 'ਚ ਫਿਲਮ ਕੰਪਲੀਟ ਹੋਈ ਹੈ ਜੀ। ਇੰਗਲੈਂਡ 'ਚ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਫਿਲਮ ਨੂੰ ਬਣਾ ਕੇ? ਕਾਫੀ ਕੋਈ ਨਈ ਐਕਟਰ ਸੀ ਸਾਇਰਾ,
ਕਿਸਾ ਕੈਮਿਸਟਰੀ ਦੋਵਾਂ 'ਚ? ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ। ਬੇਸ਼ੱਕ ਸਾਇਰਾ ਨਵੀਂ ਸੀਗੀ, ਲੇਕਿਨ ਉਹਨੇ ਸਾਡੀ ਐਕਸਪੈਕਟੇਸ਼ਨਸ ਤੋਂ ਵੀ ਕਹਿ ਲਓ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ, ਕਿਉਂਕਿ ਜਿਹੜੀ ਨਾਲ ਦੀ ਜਿਹੜੀ ਸਟਾਰਕਾਸਟ ਸੀਗੀ, ਹੈ ਨਾ, ਚਾਹੇ ਉਹ ਰੋਸ਼ਨ ਜੀ ਨੇ, ਘੁੱਗੀ ਭਾਜੀ ਨੇ, ਸੰਘਾ ਜੀ ਨੇ, ਉਹਨਾਂ ਦੀ ਮਦਰ ਦਾ ਰੋਲ ਕੀਤਾ ਸਾਡੇ ਪ੍ਰੋਡਿਊਸਰ ਅਡੋਲੀ ਜੀ ਨੇ, ਗੁਰਜੀਤ ਜੀ ਨੇ, ਅਤੇ ਆਪਣਾ ਬੀ ਐਨ ਸ਼ਰਮਾ ਜੀ ਨੇ, ਤਾਂ ਉਹ ਸਾਰਿਆਂ ਨੇ ਕਹਿ ਲਓ ਇੱਕ ਇੱਦਾਂ ਦਾ ਮਾਹੌਲ ਸੀਗਾ ਕਿ ਭਾਵੇਂ ਉਹ ਨਵੀਂ ਸੀ, ਸਭ ਨੇ ਸਪੋਰਟ ਕੀਤਾ, ਸਭ ਨੇ ਗਾਈਡ ਕੀਤਾ, ਅਤੇ ਮੈਂ ਵੀ ਕੋਸ਼ਿਸ਼ ਕੀਤੀ ਕਿ ਤਾਂ ਕਿ ਉਹਨੂੰ ਕੰਫਰਟੇਬਲ ਰੱਖਿਆ ਜਾਵੇ। ਐਕਟਰਸ ਨੂੰ ਹਮੇਸ਼ਾ ਹੀ ਕਹਿੰਦੇ ਵੀ ਕੰਫਰਟੇਬਲ ਰੱਖੋ, ਪੈਂਪਰ ਕਰਕੇ ਰੱਖੋ, ਤਾਂ ਹੀ ਤੁਹਾਨੂੰ ਆਊਟਪੁੱਟ ਵਧੀਆ ਮਿਲਦੀ ਹੈ, ਅਤੇ ਕੁੱਲ ਮਿਲਾ ਕੇ ਬਹੁਤ ਵਧੀਆ ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਮੈਂ ਨਾ ਪਹਿਲਾਂ ਇਸ ਫਿਲਮ ਦੇ ਜਿਹੜੇ ਪ੍ਰੋਡਿਊਸਰ ਹੈ, ਮੈਂ ਗੱਲਬਾਤ ਕਰਾਂ, ਇੱਕ ਰੋਲ ਵੀ ਇਹਨੇ ਪਲੇ ਕੀਤਾ, ਤਾਂ ਇੱਕ ਮਦਰ ਦਾ, ਐਕਟਰਸ ਦੀ ਮਦਰ ਦਾ ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਰਿਹਾ ਇੱਕ ਪ੍ਰੋਡਿਊਸਰ ਵੀ ਹੋਣਾ ਔਰ ਉਸ ਤੋਂ ਬਾਅਦ ਇੱਕ ਮਦਰ ਦਾ ਰੋਲ ਬਣਾਉਣਾ, ਕਿਸ ਤਰ੍ਹਾਂ ਦਾ ਇਹ ਸਫ਼ਰ ਰਿਹਾ ਫਿਲਮ ਦਾ? ਇਹ ਜੀ ਡਬਲ ਪ੍ਰੈਸ਼ਰ ਕਹਿ ਦਿਉ ਜਾਂ ਡਬਲ ਜ਼ਿੰਮੇਵਾਰੀ ਕਹਿ ਲਓ, ਕਿਉਂਕਿ ਪ੍ਰੋਡਿਊਸਰ ਦਾ ਜਿਵੇਂ ਅਸੀਂ ਸੀਗੇ ਪਹਿਲਾਂ ਵੀ ਮੂਵੀਆਂ ਬਣਾਈਆਂ, ਕਿ ਇੱਕ ਮੇਰਾ ਹੋਰ ਡੈਬਿਊ ਕਰਨਾ ਐਜ਼ ਏ ਮੋਮ ਕਰਨਾ, ਉਹ ਵੱਡੀ ਰਿਸਪੋਂਸੀਬਿਲਟੀ ਸੀ, ਕਿਉਂਕਿ ਤੁਸੀਂ ਜਾਂ ਨਾਲ ਤੁਹਾਡੇ ਹੋਰ ਪਾਰਟਨਰਸ ਵੀ ਹੈਗੇ ਆ, ਫਿਲਮ 'ਚ ਪੈਸੇ ਲਾ ਰਹੇ ਆ, ਤਾਂ ਤੁਹਾਨੂੰ ਇਹ ਬੜਾ ਹੋ ਜਾਂਦਾ ਕਿ ਜੋ ਤੁਸੀਂ ਕਰ ਰਹੇ ਹੋ ਉਹ ਪਰਫੈਕਟ ਹੋਵੇ। ਸੋ ਫਿਰ ਉਹ ਸਾਡੇ ਡਾਇਰੈਕਟਰ ਜੀ ਦੀ ਸਪੋਰਟ ਦੇ ਨਾਲ ਉਹ ਮੈਂ ਕੋਸ਼ਿਸ਼ ਕੀਤੀ ਕਰਨ ਦੀ, ਸੋ ਉਸ ਕਰਕੇ ਖੁਸ਼ੀ ਸੀਗੀ ਕਿ ਉਹਨਾਂ ਦਾ ਸਹੀ ਅਪਰੂਵਲ ਹੈ, ਨਾ ਕਿ ਠੀਕ ਹੈ ਪ੍ਰੋਡਿਊਸਰ ਨੇ ਕੋਈ ਨਹੀਂ ਬਿਠਾ ਦਿਓ ਚੇਅਰ 'ਤੇ ਚੱਲੂਗਾ, ਉਹ ਦਿਖਦਾ ਫਿਰ ਸਕਰੀਨ 'ਤੇ। ਸੋ ਉਹ ਸੀਗਾ ਕਿ ਇੱਦਾਂ ਦਾ ਕੁਛ ਨਾ ਹੋਵੇ, ਪੂਰੀ ਪ੍ਰੋਪਰ ਪ੍ਰੈਕਟਿਸ ਕਰਕੇ, ਕੋਰਸ ਕਰਕੇ ਮੈਂ ਇਹ ਰੋਲ ਕੀਤਾ। ਬਾਕੀ ਸਾਡੇ ਪ੍ਰੋਡਿਊਸਰ ਸੀਗੇ ਕਿ ਠੀਕ ਹੈ ਪੈਸੇ ਲੱਗਣੇ ਤਾਂ ਲੱਗਣ, ਅਸੀਂ ਇਕੱਲੇ ਨਹੀਂ ਹੈਗੇ, ਨਾਲ ਸਾਡੇ ਦੋ ਪਾਰਟਨਰਸ ਨੇ, ਪਾਲਟਾ ਅਤੇ ਅਰਸ਼ਵੀਰ ਜੀ, ਜਿਨ੍ਹਾਂ ਨੇ ਨਾਲ ਸਾਡੇ ਪੈਸੇ ਲੈਣੇ, ਉਹਨਾਂ ਦੀ ਵੀ ਜ਼ਿੰਮੇਵਾਰੀ ਹੁਣ ਮੇਰੇ 'ਤੇ ਹੈਗੀ ਹੈ, ਤਾਂ ਹੀ ਅਸੀਂ ਸਾਰੇ ਲੱਗੇ ਹੋਏ ਹਾਂ ਜਾ ਕੇ ਪ੍ਰਮੋਸ਼ਨ ਕਰਨ ਕਿ ਜੇ ਪੈਸਾ ਲਾਇਆ। ਸੋ ਉਹਦਾ ਪ੍ਰੋਡਕਟ ਇੰਨਾ ਵਧੀਆ ਬਣਿਆ, ਸੋ ਅਸੀਂ ਸਾਰਿਆਂ ਨੂੰ ਜਾ ਕੇ ਦੱਸ ਸਕੀਏ ਕਿ ਤੁਸੀਂ ਜਾ ਕੇ ਦੇਖ ਕੇ ਆਓ, ਇੱਕ ਰਿਸ਼ਤਿਆਂ ਦੇ ਉੱਤੇ ਮੂਵੀ ਬਣਾਈ ਹੈ। ਜੇ ਮੈਂ ਕੰਮ ਕੀਤਾ ਇਹਦਾ ਮਤਲਬ ਕਿ ਜ਼ਰੂਰ ਪਰਿਵਾਰਿਕ ਫਿਲਮ ਹੈ, ਸਾਰੇ ਬੈਠ ਕੇ ਦੇਖ ਸਕਣਗੇ, ਕੋਈ ਇੱਦਾਂ ਦਾ ਨਾ ਹੋਵੇ ਕਿ ਤੁਸੀਂ ਇੰਬੈਰਸ ਫੀਲ ਕਰੋ ਪੇਰੈਂਟਸ ਦੇ ਨਾਲ ਜਾਂ ਗ੍ਰੈਂਡ ਪੇਰੈਂਟਸ ਦੇ ਨਾਲ। ਇਸ ਕਰਕੇ ਬੜੀ ਚੰਗੀ ਮੂਵੀ ਹੈ, ਸੋ ਅਸੀਂ ਉਹਦੀ ਪ੍ਰਮੋਸ਼ਨ ਕਰ ਰਹੇ ਹਾਂ ਕਿ ਪੂਰੀ ਗਰੰਟੀ ਦੇ ਰਹੇ ਹਾਂ ਕਿ ਵਧੀਆ ਮੂਵੀ ਬਣਾਈ ਹੈ। ਬਾਕੀ ਜਿਹੜੇ ਹੈਗੇ ਆਡੀਅੰਸ ਉਹਨਾਂ ਦੇ ਉੱਤੇ ਛੱਡ ਦਿੱਤਾ ਕਿ ਉਹ ਕੀ ਫੈਸਲਾ ਕਰਦੇ ਨੇ। ਇਸ ਤਰ੍ਹਾਂ ਦੇਖਿਆ, ਇੱਕ ਤਾਂ ਤੁਸੀਂ ਪੈਸੇ ਵਾਲੇ ਪ੍ਰੋਡਿਊਸਰ ਵੀ, ਤੁਸੀਂ ਪੈਸੇ ਵਾਲੇ ਔਰ ਫਿਲਮ ਦੇ ਵਿੱਚ ਕਿਰਦਾਰ ਵੀ ਪੈਸੇ ਵਾਲੇ, ਉਹ ਫਿਰ ਉਹ ਕਹਿੰਦੇ ਮੈਚ ਕਰਦਾ ਕੋਇਨਸੀਡੈਂਸ ਕਹਿ ਲਓ, ਕਹਿੰਦੇ ਕਿ ਜਿਵੇਂ ਹੁਣ ਆਲਰੇਡੀ ਇੱਥੇ ਜਿਹੜੇ ਮਦਰ ਦਾ ਰੋਲ ਕਰ ਰਹੇ, ਰੋਸ਼ਨ ਦੇ ਮਦਰ ਦਾ ਰੋਲ ਕਰ ਰਹੇ ਮੈਮ ਰੂਪੀ ਮੈਮ ਨੇ, ਉਹਨਾਂ ਤੋਂ ਵਧੀਆ ਹੋਰ ਕੋਈ ਹੋ ਨਹੀਂ ਸਕਦਾ ਸੀਗਾ ਉਸ ਰੋਲ ਵਾਸਤੇ। ਸੋ ਇਹਨਾਂ ਸੀਗਾ ਕਿ ਜਿਹੜਾ ਥੋੜ੍ਹਾ ਬਾਹਰ ਹੋਵੇ ਥੋੜ੍ਹਾ ਜਿਹਾ, ਡਾਇਰੈਕਟਰ ਨੂੰ ਲੱਗਿਆ ਹੋਊਗਾ ਕਿ ਜਿਹੜਾ ਉਹ ਸੂਟ ਕਰਦਾ ਉਸ ਸੀਨ ਨੂੰ, ਕਿ ਜਿਵੇਂ ਬਾਹਰ ਰਹਿੰਦੇ ਕਰਕੇ ਥੋੜ੍ਹਾ ਜਿਹਾ ਤੁਹਾਡਾ ਬੋਲਣ ਦਾ ਤਰੀਕਾ ਉਹਦਾ, ਹਜੇ ਮੈਨੂੰ ਸਾਰੇ ਕਹਿੰਦੇ ਤੁਸੀਂ ਬੜਾ ਪੋਲਾਈਟ ਬੋਲਦੇ ਹੋ, ਮੈਂ ਕਿਹਾ ਵੈਸੇ ਤਾਂ ਮੈਂ ਬੋਲਦੀ ਨਹੀਂ, ਸਕਰੀਨ 'ਤੇ ਬੋਲਣਾ ਪਿਆ। ਸੋ ਆਪਣਾ ਹੋ ਜਾਂਦਾ ਕਿ ਥੋੜ੍ਹਾ ਨਾ ਥੋੜ੍ਹਾ ਦਿਖਦਾ ਤੁਹਾਡੇ ਤੋਂ ਕਿ ਤੁਸੀਂ ਉਹ ਜਿਹੜਾ ਜੀ ਰਹੇ ਹੋ ਉਹਨੂੰ ਕਰਨਾ, ਉਹ ਪਰਸਨੈਲਿਟੀ ਇੱਦਾਂ ਦੀ ਬਣ ਗਈ ਹੈ ਹੁਣ ਜਿਵੇਂ ਮੇਰੀ ਆਪਣੀ ਬੇਟੀ ਹੈ। ਸੋ ਤੁਸੀਂ ਜਦੋਂ ਜੀਆ ਹੁੰਦਾ ਨਾ, ਕਿਉਂਕਿ ਹੁਣੇ ਮੇਰੀ ਬੇਟੀ ਦਾ ਵਿਆਹ ਹੋਇਆ ਪਿਛਲੇ ਸਾਲ, ਤਾਂ ਉਹ ਸਾਰਾ ਕੁਛ ਇਹਦੇ ਦਿਮਾਗ 'ਚੋਂ ਸਾਰਾ ਹੈਗਾ। ਸੋ ਮੈਨੂੰ ਇੱਦਾਂ ਹੀ ਲੱਗਦਾ ਸੀਗਾ ਕਿ ਜਿਵੇਂ ਬੇਟੀ ਦਾ ਵਿਆਹ ਆ ਰਿਹਾ, ਉਹਨੂੰ ਮੈਂ ਸਾਇਰਾ ਨੂੰ ਵੀ ਸਾਰਾ ਸ਼ੋਰਟ 'ਤੇ ਵੀ ਸਾਰਾ ਬੱਚੇ ਬੱਚੇ ਕਰਕੇ ਉਹਨੂੰ ਮੈਂ ਬੁਲਾਉਂਦੀ ਹੈ, ਤਾਂ ਉਹਨੂੰ ਵੀ ਸੀਗਾ ਕਿ ਉਹਦੀ ਵੀ ਰਿਸਪੋਂਸੀਬਿਲਟੀ ਲੈ ਕੇ ਅਸੀਂ ਕਿਸੇ ਧੀ ਨੂੰ ਗਏ ਹੈ, ਕਿ ਉਹ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਵੀ ਉਹਨੂੰ ਕੰਫਰਟ ਜ਼ੋਨ ਰਹੇ, ਕਿ ਕੋਈ ਸ਼ਿਕਾਇਤ ਦਾ ਮੌਕਾ ਨਾ ਆਵੇ। ਸਾਰੀ ਟੀਮ ਨੇ ਇੱਕ ਦੂਜੇ ਦਾ ਸਪੋਰਟ ਕੀਤਾ, ਫਿਰ ਉਹ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਉਹ ਜੀਆ, ਇਸ ਕਰਕੇ ਮੈਨੂੰ ਕਰਨ ਨੂੰ ਥੋੜ੍ਹਾ ਈਜ਼ੀ ਹੋਊਗਾ, ਔਰ ਇੰਨੇ ਸਾਲਾਂ ਤੋਂ ਮਨ 'ਚ ਸੀਗਾ ਕਿ ਕਰਨਾ, ਤਾਂ ਉਹ ਕਰਨਾ ਸੰਭਵ ਹੋਇਆ ਮੇਰੀ ਟੀਮ ਕਰਕੇ, ਕਿ ਜਿਹੜੇ ਕਿ ਸਾਰੇ ਐਕਟਰਸ ਬੜੇ ਸਪੋਰਟਿਵ ਸੀਗੇ, ਜਿਨ੍ਹਾਂ ਨੇ ਕਿ ਮੇਰਾ ਨਾਲ ਸਾਥ ਦਿੱਤਾ, ਇਸ ਕਰਕੇ ਸਕਸੈਸਫੁਲ ਹੋਇਆ। ਸੋ ਮੇਰਾ ਮੌਜੂਦਾ ਰਾਜਮਨ ਤੁਹਾਡਾ ਕੀ ਕਰਦਾ ਸੀ? ਮੈਂ ਇਹਦੇ ਵਿੱਚ ਭੂਆ ਦਾ ਕਰੈਕਟਰ ਪਲੇ ਕੀਤਾ, ਗੁਰਪ੍ਰੀਤ ਘੁੱਗੀ ਜੀ ਫੁੱਫੜ ਨੇ, ਅਤੇ ਮਾਮੀ ਚਾਚੀ ਦਾ, ਕਹਿੰਦੇ ਜਦੋਂ ਵੀ ਵਿਆਹ ਹੁੰਦਾ ਘਰ ਕਲੇਸ਼ ਪੈਂਦਾ ਹੀ ਪੈਂਦਾ। ਨਹੀਂ ਹੁੰਦੇ ਨੇ, ਬਹੁਤ ਹੁੰਦੇ ਨੇ, ਚਲੋ ਹੁੰਦਾ ਹੀ ਆ। ਇੱਕ ਤਾਂ ਇਹ ਸੀਗਾ ਇਹਦੇ ਵਿੱਚ ਬਾਹਰ ਜਾਣ ਵਾਸਤੇ ਪਰਚੀਆਂ ਪਾ ਲਈਆਂ, ਹੁਣ ਜਿਹਦੀ ਪਰਚੀ ਨਿਕਲੀ ਉਹ ਤਾਂ ਹੋ ਗਿਆ ਖੁਸ਼, ਜਿਹਦੀ ਨਹੀਂ ਨਿਕਲੀ ਉਹ ਮੱਚਿਆ ਫਿਰਦਾ, ਮੂੰਹ ਚੜਾਇਆ, ਕੋਈ ਇੱਧਰ ਨੂੰ ਜਵਾਕ ਕੁੱਟਤਾ, ਕਦੇ ਕੁਛ ਕਰਤਾ, ਕਿਸੇ ਦਾ ਗੁੱਸਾ ਕਿਸੇ 'ਤੇ ਕੱਢਤਾ, ਹੈ ਨਾ। ਸੋ ਇੱਦਾਂ ਦਾ ਆਮ ਜ਼ਿੰਦਗੀ ਦੇ ਵਿੱਚ ਵੀ ਇੱਦਾਂ ਹੁੰਦਾ, ਕਿਉਂਕਿ ਇਹਨਾਂ ਦੀ ਪਰਚੀ ਦੀ ਸੈਟਿੰਗ ਪਹਿਲਾਂ ਸੀ, ਅਸੀਂ ਸੈਟਿੰਗ ਕਰਕੇ ਫਿਲਮ 'ਚ ਦੇਖੋਗੇ ਇਹਨਾਂ ਦੀ ਪਰਚੀ ਪਹਿਲਾਂ ਦੀ ਸੈੱਟ ਸੀ ਭਾਜੀ, ਅਸੀਂ ਸੈਟਿੰਗ ਕਰਕੇ ਰੱਖਦੇ ਹਾਂ, ਰੱਖੀ ਦੀ ਹੈ, ਥੋੜ੍ਹੇ ਜਿਹੇ ਕਾਮ ਸੀਗੇ ਕਿ ਮੇਰੀ ਸੈਟਿੰਗ ਹੈਗੀ ਹੈ, ਬਾਕੀ ਆਪਣਾ ਦੇਖ ਲਓ ਜੋ ਦੇਖਣਾ। ਬਟ ਪਰਚੇ ਨਿਕਲੇ ਵੀ ਉਹਨਾਂ ਦੀਆਂ, ਮਾਮੇ ਦੀਆਂ, ਚਾਚੀ ਦੀਆਂ, ਭੂਆ ਦੀਆਂ? ਹਾਂਜੀ ਬਿਲਕੁਲ, ਉਹ ਨਿਕਲੀਆਂ ਨੇ ਵਿਚਾਰੇ ਜਿਹੜੇ ਇੱਥੇ ਰਹਿ ਗਏ, ਉਹ ਫਿਰ ਊਂ ਅੰਦਰੋਂ ਅੰਦਰ ਹੀ ਕੁੜਦੇ ਸੀ, ਉੱਪਰੋਂ ਦਿਖਾਇਆ ਜ਼ਰੂਰ ਆ ਬਾਏ ਬਾਏ ਕਰਦੇ, ਬਟ ਅੰਦਰੋਂ ਤਾਂ ਕੁੜੇ ਹੋਏ ਸੀਗੇ, ਹਾਂ ਚਲੇ ਗਏ, ਪੂਰੀ ਮਸਤੀ ਕੀਤੀ ਉੱਥੇ ਜਾ ਕੇ, ਪੂਰਾ ਇੰਜੋਏ ਕੀਤਾ, ਪੂਰਾ ਵਿਆਹ ਫੀਲ ਕੀਤਾ, ਜੋ ਸਾਡੀ ਸਾਰੀ ਟੀਮ ਸਾਨੂੰ ਫੈਮਿਲੀ ਵਰਗੀ ਲੱਗੀ। ਕਿਹਨੂੰ ਕੀਤਾ ਤੁਸੀਂ?
ਮੈਂ ਤਾਂ ਤੰਗ ਕਿਸੇ ਨੂੰ ਵੀ ਨਹੀਂ ਕੀਤਾ। ਆਹ ਦੇਖੋ ਪ੍ਰੋਡਿਊਸਰ ਸਾਹਿਬ ਕੋਲ ਨੇ, ਡਾਇਰੈਕਟਰ ਸਾਹਿਬ ਕੋਲ ਨੇ, ਅੱਜ ਮੈਂ ਜ਼ਰੂਰ ਕੀਤਾ ਹੋਣਾ ਨਹੀਂ, ਕਦੇ ਕਿਸੇ ਨੂੰ ਨਹੀਂ ਕੀਤਾ। ਉਹ ਤਾਂ ਮੈਥੋਂ ਡਰਦੇ ਆ ਵੈਸੇ ਵੀ ਫਿਲਮ 'ਚ, ਨਹੀਂ ਕੀਤਾ ਤੁਸੀਂ ਦੇਖੋਗੇ ਫਿਲਮ ਦੇ ਵਿੱਚ। ਵੈਸੇ ਸਪੋਰਟਿਵ ਭੂਆ ਹੈਗੀ ਆ ਜੋ ਮਤਲਬ ਸਪੋਰਟ ਕਰਦੀ ਆ, ਉਹਨੂੰ ਵੀ ਲੱਗਦਾ ਕਿ ਉਹਦੇ ਭਤੀਜੇ ਦਾ ਘਰ ਵਸ ਜਾਵੇ, ਸੋ ਇੱਦਾਂ ਦਾ ਕਰੈਕਟਰ। 17 ਤਰੀਕ ਨੂੰ ਫਿਲਮ ਆਉਣੀ ਹੈ, ਮੈਸੇਜ ਕੀ ਹੈ ਫਿਲਮ ਦਾ? ਮੈਸੇਜ ਜੀ ਅਸੀਂ ਇਹੀ ਦੇ ਰਹੇ ਹਾਂ ਕਿ ਫੈਮਿਲੀ ਓਰੀਐਂਟਡ, ਰਿਸ਼ਤਿਆਂ ਨੂੰ ਨਿਭਾਉਣਾ, ਰਿਸ਼ਤਿਆਂ ਨੂੰ ਸਮਝਣਾ, ਔਰ ਬੱਚਿਆਂ ਦਾ ਪੇਰੈਂਟਸ ਦੇ ਨਾਲ ਜਿਹੜੀ ਬੌਂਡਿੰਗ ਹੈ ਉਹਦੇ ਉੱਤੇ ਮੈਸੇਜ ਹੈ ਕਿ ਇਹ ਜਿਹੜਾ ਹੈਗਾ ਕਿ ਬਹੁਤ ਸਮਝਣ ਦੀ ਜ਼ਰੂਰਤ ਹੈ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ। ਇੱਕ ਤਾਂ ਸਪੈਸ਼ਲੀ ਉਹ ਜਿਹੜਾ ਆ ਗਿਆ ਨਾ ਫੋਨ, ਸਾਰੇ ਫੋਨ 'ਤੇ ਲੱਗੇ ਰਹਿੰਦੇ ਆਲ ਦਾ ਟਾਈਮ, ਅਸੀਂ ਵੀ ਲੱਗਦੇ ਹਾਂ, ਪਰ ਹੁਣ ਕਈ ਵਾਰ ਦੇਖੀਦਾ ਇਹ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਕਈ ਵਾਰ ਪੇਰੈਂਟਸ ਨਾਲ ਬੈਠੇ ਹੁੰਦੇ ਆ ਬੱਚੇ ਫੋਨ 'ਤੇ, ਔਰ ਮੈਂ ਨੋਟ ਕਰਦੀ ਹਾਂ ਕਿ ਬਹੁਤ ਹੁੰਦਾ ਇਹ, ਪਰ ਉਸ ਵੇਲੇ ਅੰਦਰੋਂ ਬੜਾ ਦੁੱਖ ਹੁੰਦਾ ਕਿ ਹੁਣ ਇੰਨਾ ਚੰਗਾ ਤਾਂ ਫੋਨ ਆਉਂਦਾ ਹੀ ਨਾ। ਹੁਣ ਮੈਂ ਆਪਣੇ ਪੇਰੈਂਟਸ ਨਾਲ ਬੈਠਦੀ ਹਾਂ, ਮੇਰੇ ਫਾਦਰ ਦਾ ਬਚਪਨ ਤੋਂ ਲੈ ਕੇ ਹੁਣ ਤੱਕ ਉਹ 81 ਹੋ ਗਏ ਨੇ, ਮੈਨੂੰ ਲਿਟਰਲੀ ਉਹਨਾਂ ਦੀ ਲਾਈਫ ਬਾਰੇ ਪੂਰਾ ਕੁਛ ਪਤਾ, ਕਿਉਂਕਿ ਜਦ ਤੁਸੀਂ ਪੇਰੈਂਟਸ ਨਾਲ ਬੈਠਦੇ ਹੋ ਨਾ, ਕਈ ਵਾਰ ਭੁੱਲ ਜਾਈਦਾ ਮੈਸੇਜ ਦੇਣਾ, ਕਿਉਂਕਿ ਤੁਸੀਂ ਪੇਰੈਂਟਸ ਨੂੰ ਨਾ ਥੋੜ੍ਹਾ ਜਿਹਾ ਟਾਈਮ ਦਿਉਂਗੇ, ਉਹਨਾਂ ਨੂੰ ਇੱਕ ਵਾਰ ਪੁੱਛ ਲਉਂਗੇ ਨਾ ਬਚਪਨ 'ਚ ਕੀ ਕਰਦੇ ਸੀ, ਉਹਨਾਂ ਦੀ ਜ਼ਿੰਦਗੀ ਪੂਰੀ ਨਾ ਬਾਹਰ ਹੋ ਜਾਂਦੀ ਹੈ ਕਿ ਮੈਨੂੰ ਮੇਰੇ ਬੱਚੇ ਨੇ ਪੁੱਛਿਆ। ਪਲੀਜ਼ ਟਾਈਮ ਕੱਢੋ ਆਪਣੇ ਪੇਰੈਂਟਸ ਨਾਲ ਬੈਠਣ ਵਾਸਤੇ, ਗ੍ਰੈਂਡ ਪੇਰੈਂਟਸ ਨਾਲ। ਦਿਨ 'ਚ ਜ਼ਰੂਰੀ ਨਹੀਂ ਸਾਰਾ ਦਿਨ ਬੈਠਣਾ, ਕਦੇ 5-10 ਮਿੰਟ 15 ਮਿੰਟ ਜਾ ਕੇ ਉਹਨਾਂ ਨੂੰ ਮਾੜਾ ਜਿਹਾ ਪੁੱਛ ਲਓ ਨਾ, ਤੁਸੀਂ ਇਸ ਵਕਤ ਕੀ ਕਰਦੇ ਸੀ, ਬੱਚੇ ਹੁੰਦੇ ਸੀ ਤੁਸੀਂ ਇੱਦਾਂ ਕੀ ਕਰਦੇ ਸੀਗੇ ਨਾ, ਉਹ ਬਸ ਉਹਨਾਂ ਦੀ ਦੁਨੀਆ ਉਹ ਹੈ ਕਿ ਮੇਰੇ ਗ੍ਰੈਂਡ ਪੇਰੈਂਟ ਨੇ ਮੇਰੇ ਨਾਲ ਗੱਲ ਕਰ ਲਈ ਜਾਂ ਮੇਰੇ ਬੱਚੇ ਨੇ ਮੈਨੂੰ ਪੁੱਛ ਲਿਆ, ਉਹ ਇੰਨੇ 'ਚ ਖੁਸ਼ ਨੇ। ਉਹਨਾਂ ਨੂੰ ਕੋਈ ਡਾਇਮੰਡ, ਸੋਨਾ, ਵਕੇਸ਼ਨਾਂ ਨਹੀਂ ਚਾਹੀਦੀਆਂ। ਆਪਾਂ ਆਪਣੇ ਵਕੇਸ਼ਨਾਂ 'ਤੇ ਜਾਂਦੇ ਹਾਂ, ਟਾਈਮ ਕੱਢਦੇ ਹਾਂ, ਪਰ ਪੇਰੈਂਟਸ ਵਾਸਤੇ ਟਾਈਮ ਹੈ ਨਹੀਂਗਾ। ਇੱਕ ਵਾਰ ਪੇਰੈਂਟਸ ਨੂੰ ਬੈਠ ਕੇ ਗੱਲ ਕਰ ਲਉਂਗੇ ਨਾ, ਉਹਨਾਂ ਦਾ ਹੱਜ ਹੋ ਜਾਂਦਾ ਕਿ ਮੇਰੇ ਬੱਚੇ ਨੇ ਮੇਰੇ ਵਾਸਤੇ ਟਾਈਮ ਕੱਢਿਆ। ਉਹ ਬਹੁਤ ਜ਼ਰੂਰੀ ਹੈ, ਜਿਉਂ ਲੈਂਦੇ ਨੇ, ਉਹਨਾਂ ਨੂੰ ਸਾਰੀ ਜ਼ਿੰਦਗੀ ਜਦ ਲੱਗਦਾ ਮੇਰਾ ਬੱਚਾ ਮੇਰੇ ਟਾਈਮ ਸਪੈਂਡ ਕਰਦਾ, ਚਾਹੇ ਆਪਣਾ ਮਨ ਮਾਰ ਕੇ ਥੋੜ੍ਹਾ ਕੰਮ ਪਿੱਛੇ ਪਾ ਕੇ ਪੇਰੈਂਟਸ ਨਾਲ ਪਲੀਜ਼ ਟਾਈਮ ਸਪੈਂਡ ਕਰੋ, ਕਿਉਂਕਿ ਮਗਰੋਂ ਸਾਰੇ ਪਾਠ ਪੂਜਾ ਕਰਾਉਂਦੇ ਨੇ, ਕੀਰਤਨ ਕਰਦੇ ਨੇ, ਫੋਟੋਆਂ 'ਤੇ ਹਾਰ ਪਾਉਂਦੇ ਨੇ, ਉਹਦਾ ਕੋਈ ਫਾਇਦਾ ਨਹੀਂ। ਜੋ ਅੱਜ ਹੈਗਾ ਟਾਈਮ ਹੈਗਾ, ਫਿਰ ਕੱਲ੍ਹ ਨੂੰ ਨਾ, ਲਾਈਫ ਇਜ਼ ਟੂ ਸ਼ੋਰਟ, ਟਾਈਮ ਚਲਿਆ ਗਿਆ ਨਾ ਫਿਰ ਪਛਤਾਉਣਾ, ਹੁਣ ਟਾਈਮ ਹੈ ਕਿ ਉਹਨਾਂ ਨਾਲ ਟਾਈਮ ਸਪੈਂਡ ਕਰ ਲਓ, ਫਿਰ ਪਛਤਾਉਣਾ। ਮੈਸੇਜ ਇਹੀ ਹੈ, ਪੇਰੈਂਟਸ ਨਾਲ ਬੌਂਡਿੰਗ ਕਰਨੀ। 17 ਤਰੀਕ ਨੂੰ ਫਿਰ ਬਿਨਾ ਬੈਂਡ ਚੱਲ ਇੰਗਲੈਂਡ। ਸੋ ਇਹ ਪੂਰੀ ਟੀਮ ਸੀ, ਮੈਂ ਤੁਹਾਨੂੰ ਰੂਬਰੂ ਕਰਾਇਆ ਸੀ, ਬਿਨਾ ਬੈਂਡ ਚੱਲ ਇੰਗਲੈਂਡ 17 ਨਵੰਬਰ ਨੂੰ ਪੰਜਾਬ ਦੇ ਵਰਲਡ ਵਾਈਡ ਸਿਨੇਮਾ ਘਰਾਂ ਵਿੱਚ ਤੁਸੀਂ ਫਿਲਮ ਜ਼ਰੂਰ ਦੇਖਣ ਜਾਓ। ਪੂਰੇ ਪਰਿਵਾਰ ਨਾਲ ਇੱਕ ਬਹੁਤ ਵੱਡਾ ਤੁਹਾਨੂੰ ਮੈਸੇਜ ਵੀ ਇਸ ਦੇਖਣ ਨੂੰ ਮਿਲੇਗਾ। ਕੈਮਰਾਮੈਨ ਬੋਬੀ ਨਾ, ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।